ਮੈਂ ਜਿਨ ਦੀ ਡੈਥ ਹੋਈ ਹੈ ਕੀ ਗੱਲ ਕੀ ਹੋਈ ਹੈ ਜੀ? ਜਿਨ੍ਹਾਂ ਦੀ ਡੈਥ ਹੋਈ ਜੀ ਉਹਦਾ ਨਾਂ ਕੁਲਵੀਰ ਸਿੰਘ ਹੈ ਜੀ, ਪਿੰਡ ਵਿਰਖੇੜੇ ਦੇ ਰਹਿਣ ਵਾਲੀ ਸਰਾਵਾਂ ਰਹਿੰਦੇ ਸੀਗੇ ਜੀ ਕਿਰਾਏ ਤੇ। ਇਹ ਨਾ ਜੀ ਇੱਥੋਂ ਅਬੋਹਰ ਤੋਂ ਸਪੈਸ਼ਲ ਲੇਬਰ 'ਚ ਕੰਮ ਕਰਦੇ ਸੀ, ਸਪੈਸ਼ਲ ਭਰ ਕੇ ਰਾਤ ਨੂੰ 12 ਵਜੇ ਮਲੋਟ ਨੂੰ ਜਾ ਰਹੇ ਸੀਗੇ ਪਿੰਡ ਸਰਾਵਾਂ ਨੂੰ ਜੀ। ਠੀਕ ਹੈ। ਪਿੱਛੋਂ ਇੱਕ ਕੈਂਟਰ ਆਇਆ ਔਰ ਤੇਜ਼ ਰਫ਼ਤਾਰ ਨਾਲ ਜੀ, ਉਹਨਾਂ ਨੇ ਉਹਨੂੰ ਪਿੱਛੋਂ ਟੱਕਰ ਮਾਰਦੇ ਮੋਟਰਸਾਈਕਲ ਵਿੱਚ ਫਸ ਕੇ ਗਿਆ, ਅਤੇ ਜਿਹੜਾ ਕੋਈ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ। ਅੱਗੋਂ CFC ਵਾਲਿਆਂ ਨੇ ਪੁਲਿਸ ਵਾਲਿਆਂ ਨੇ ਉਹਨੂੰ ਫੜਿਆ ਜੀ। ਠੀਕ ਹੈ ਸਰ। ਦੂਜੇ ਦੋ ਭਰਾ ਇਹ ਸਕੇ ਭਰਾ ਸੀ? ਹਾਂਜੀ ਇਹ ਸਕੇ ਭਰਾ ਸੀ, ਦੂਜਾ ਬਠਿੰਡੇ ਰੈਫਰ ਹੈ ਜੀ, ਐਮਰਜੈਂਸੀ 'ਚ ਪਿਆ ਹੋਇਆ ਜੀ। ਉਹਦਾ ਕੀ ਨਾਮ ਹੈ ਜੀ? ਉਹਦਾ ਨਾਂ ਜੀ ਸੁਖਵਿੰਦਰ ਸਿੰਘ ਜੀ। ਅੱਛਾ ਇਹ ਬਲਵਾਣਾ ਕਲੋਨੀ ਦਾ ਟੀ ਪੁਆਇੰਟ ਕੱਟ ਹੈ, ਠੀਕ ਹੈ, ਟੀ ਪੁਆਇੰਟ ਕਲੋਨੀ ਦੇ, ਅਤੇ ਇੱਥੇ ਹੋਇਆ ਇੱਕ ਐਕਸੀਡੈਂਟ। ਕੈਂਟਰ ਹੈ ਕਰੀਬ 1.5-2 ਕਿਲੋਮੀਟਰ ਚਲਾ ਗਿਆ। ਹੁਣ ਅਸੀਂ ਇੱਥੋਂ ਮੀਟਰ ਨੋਟ ਕੀਤਾ ਹੈ, ਦੇਖਦੇ ਹਾਂ ਕਿੰਨੀ ਦੂਰ 'ਤੇ ਗਿਆ। ਇਸ ਕੈਂਟਰ ਡਰਾਈਵਰ ਨੇ ਰੋਕਿਆ ਨਹੀਂ, ਕੈਂਟਰ ਪਜਾ ਕੇ ਲੈ ਗਿਆ ਅਤੇ 1.5 ਕਿਲੋਮੀਟਰ ਜਾ ਕੇ ਇਹਨੂੰ ਫੜਿਆ ਹੈ। ਤੇਰਾ ਕੀ ਨਾਂ ਹੈ? ਮੇਰਾ ਨਾਮ ਰਾਜੂ। ਤੇਰਾ ਨਾਮ ਰਾਜੂ, ਤੇਰੇ ਪਿਓ ਦਾ ਨਾਮ? ਲਛਮਣ। ਲਛਮਣ। ਦਾਦੇ ਦਾ ਨਾਮ? ਕਰਨਚੰਦ। ਕਰਨਚੰਦ। ਕਿੱਥੇ ਰਹਿੰਦੇ? ਨਵਾਂ ਪਿੰਡ। ਕੈਂਟਰ ਨੰਬਰ ਕਿੰਨਾ ਹੈ? RJ40 GA 0400 ਹਾਂ, ਇਹ ਕੰਪਲੇਂਟ ਆਈ ਹੈ ਸਾਡੇ ਕੋਲ, ਇਸੇ ਨੰਬਰ ਦੀ ਕੈਂਟਰ ਦੀ ਕੰਪਲੇਂਟ ਆ ਗਈ ਸਾਨੂੰ। ਹੁਣ ਅੱਗੇ ਜਾ ਕੇ ਦੇਖਦੇ ਹਾਂ ਵੀ ਕੀ ਹੈ। ਹਾਂ ਹੈਡਲਾਈਟ ਜਗਣ ਦਿਓ। ਆਹ ਦੇਖੋ ਜੀ, ਪੂਰਾ 1 ਕਿਲੋਮੀਟਰ ਲਿਆ ਇਹ ਆ ਨਾ। ਇੱਥੇ ਰੁਕਿਓ ਕਿੱਥੇ? ਆਹ ਕੈਂਟਰ ਹੈ ਜੀ, ਆਹ ਨੰਬਰ ਇਹਦਾ, ਠੀਕ ਹੈ, ਆਹ ਨੰਬਰ ਹੈ, ਆਹ ਨੰਬਰ ਹੈ। ਆਹ ਦੇਖੋ ਜੀ, ਆਹ ਬਾਈਕ ਹੈ, ਆਹ ਬਾਈਕ ਹੈ, ਆਹੀ ਨੰਬਰ ਦਾ ਕੈਂਟਰ ਹੈ, ਆਹ ਬਾਈਕ ਹੈ। ਇਹ ਕੈਂਟਰ ਨੇ ਇਸਨੇ ਰੋਕਿਆ ਨਹੀਂ ਹੈ, ਇਸਨੇ ਕੈਂਟਰ ਰੋਕਿਆ ਨਹੀਂ ਹੈ ਇਹਦਾ। ਅਸੀਂ ਪਿੱਛਾ ਕਰਕੇ ਮੋਟਰਸਾਈਕਲ ਵਿੱਚ ਹੀ ਘੜੀਸ ਗਿਆ। ਮੈਂ ਜਿਨ ਦੀ ਡੈਥ ਹੋਈ ਹੈ ਕੀ ਗੱਲ ਕੀ ਹੋਈ ਹੈ ਜੀ? ਜਿਨ੍ਹਾਂ ਦੀ ਡੈਥ ਹੋਈ ਜੀ ਉਹਦਾ ਨਾਂ ਕੁਲਵੀਰ ਸਿੰਘ ਹੈ ਜੀ, ਪਿੰਡ ਵਿਰਖੇੜੇ ਦੇ ਰਹਿਣ ਵਾਲੀ ਸਰਾਵਾਂ ਰਹਿੰਦੇ ਸੀਗੇ ਜੀ ਕਿਰਾਏ ਤੇ। ਇਹ ਨਾ ਜੀ ਇੱਥੋਂ ਅਬੋਹਰ ਤੋਂ ਸਪੈਸ਼ਲ ਲੇਬਰ 'ਚ ਕੰਮ ਕਰਦੇ ਸੀ, ਸਪੈਸ਼ਲ ਭਰ ਕੇ ਰਾਤ ਨੂੰ 12 ਵਜੇ ਮਲੋਟ ਨੂੰ ਜਾ ਰਹੇ ਸੀਗੇ ਪਿੰਡ ਸਰਾਵਾਂ ਨੂੰ ਜੀ। ਠੀਕ ਹੈ। ਪਿੱਛੋਂ ਇੱਕ ਕੈਂਟਰ ਆਇਆ ਔਰ ਤੇਜ਼ ਰਫ਼ਤਾਰ ਨਾਲ ਜੀ, ਉਹਨਾਂ ਨੇ ਉਹਨੂੰ ਪਿੱਛੋਂ ਟੱਕਰ ਮਾਰਦੇ ਮੋਟਰਸਾਈਕਲ ਵਿੱਚ ਫਸ ਕੇ ਗਿਆ, ਅਤੇ ਜਿਹੜਾ ਕੋਈ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ। ਅੱਗੋਂ CFC ਵਾਲਿਆਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜਿਆ ਜੀ। ਠੀਕ ਹੈ ਸਰ। ਦੂਜੇ ਦੋ ਭਰਾ ਇਹ ਸਕੇ ਭਰਾ ਸੀ? ਹਾਂਜੀ ਇਹ ਸਕੇ ਭਰਾ ਸੀ, ਦੂਜਾ ਬਠਿੰਡੇ ਰੈਫਰ ਹੈ ਜੀ, ਐਮਰਜੈਂਸੀ 'ਚ ਪਿਆ ਹੋਇਆ ਜੀ। ਉਹਦਾ ਕੀ ਨਾਮ ਹੈ ਜੀ? ਉਹਦਾ ਨਾਂ ਜੀ ਸੁਖਵਿੰਦਰ ਸਿੰਘ ਜੀ। ਅੱਛਾ, ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ? ਕਾਰਵਾਈ ਦੀ ਅਸੀਂ ਇਹੀ ਕੰਮ, ਗਰੀਬ ਬੰਦੇ ਜੀ, ਕੋਈ ਇਹਨਾਂ ਨੂੰ ਇਨਸਾਫ ਮਿਲੇ। ਜੋ ਵੀ ਦੋ ਹੀ ਕਮਾਉਣ ਵਾਲੇ ਸੀਗੇ, ਪਿਓ ਇਹਨਾਂ ਦਾ ਨਹੀਂ ਜੀ, ਉਹਨਾਂ ਦੀ ਪਹਿਲਾਂ ਡੈਥ ਹੋਈ ਜੀ। ਠੀਕ ਹੈ। ਅਤੇ ਸਾਡੇ ਮਾਮੇ ਦੇ ਲੜਕੇ ਜੀ। ਠੀਕ ਹੈ। ਹਾਂਜੀ ਇਹ ਕੇਸ ਬੱਲੂਆਣੇ ਪਿੰਡ ਕੋਲ ਹੋਇਆ ਜੀ। ਅੱਛਾ। ਹਾਂਜੀ ਲੇਬਰ ਦਾ ਕੰਮ ਕਰਦੇ ਸੀ, ਸਪੈਸ਼ਲ ਭਰ ਕੇ ਜਾਈ ਜਾਂਦੇ ਸੀ ਪਿੰਡ 12 ਵਜੇ ਜਾਈ ਜਾਂਦੇ ਸੀ, ਅਤੇ ਪਿੱਛੋਂ ਕੈਂਟਰ ਵਾਲੇ ਨੇ ਹਿੱਟ ਕੀਤਾ ਅਤੇ ਦੋਵੇਂ ਸਾਈਡ 'ਤੇ ਡਿੱਗੇ। ਇੱਕ ਦੀ ਮੌਕੇ 'ਤੇ ਮੌਤ ਹੋ ਗਈ, ਕੁਲਵੀਰ ਸਿੰਘ ਦੀ, ਅਤੇ ਉਹਦਾ ਵੱਡਾ ਭਰਾ
ਸੁਖਵਿੰਦਰ ਸਿੰਘ ਉਰਫ ਮਣੀ ਉਹਨਾਂ ਦਾ ਗੰਭੀਰ ਜ਼ਖਮੀ ਹੋ ਗਿਆ ਜੀ, ਅਤੇ ਮੋਟਰਸਾਈਕਲ ਜਿਹੜਾ ਕੈਂਟਰ ਦੇ ਵਿੱਚ ਫਸ ਗਿਆ ਅਤੇ ਉਹ ਅੱਗੇ ਲਿਜਾ ਕੇ ਕੈਂਟਰ ਵਾਲਾ ਮੋਟਰਸਾਈਕਲ ਵਿੱਚੋਂ ਫਸਿਆ ਕੱਢ ਰਿਹਾ ਸੀ ਕੈਂਟਰ 'ਚੋਂ, ਠੀਕ ਆ ਜੀ, ਅਤੇ ਐੱਸ ਐੱਸ ਐੱਫ ਵਾਲਿਆਂ ਨੇ ਫੜਿਆ ਜੀ ਉਹਨਾਂ ਨੂੰ ਮੌਕੇ 'ਤੇ, ਮੋਟਰਸਾਈਕਲ ਵਿੱਚੋਂ ਕੱਢਦਾ ਕੈਂਟਰ ਦੇ ਥੱਲੇ। ਕੀ ਕਾਰਵਾਈ ਦੀ ਮੰਗ ਕਰ ਰਹੇ ਸੀ ਤੁਸੀਂ? ਕਾਰਵਾਈ ਦੀ ਮੰਗ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਠੀਕ ਹੈ ਜੀ, ਠੀਕ। ਅੱਜ 112 'ਤੇ ਇੱਕ ਕਾਲ ਆਈ ਸੀ ਕਿ ਬਲਵਾਣਾ ਕਲੋਨੀ ਦੇ ਕੋਲ ਐਕਸੀਡੈਂਟ ਹੋ ਗਿਆ, ਦੋ ਬੰਦੇ ਸੜਕ 'ਤੇ ਪਏ ਆ ਮੋਟਰਸਾਈਕਲ, ਅਤੇ ਕੋਈ ਬੰਦਾ ਮਾਰ ਕੇ ਗਿਆ। ਅਸੀਂ ਜਦੋਂ ਗਏ ਹਾਂ, ਇੱਕ ਬੰਦਾ ਜ਼ਖਮੀ ਸੀ ਅਤੇ ਇੱਕ ਸੜਕ 'ਤੇ ਸੁੱਧ ਬੁੱਧ ਪਿਆ ਸੀ। ਜਿਹੜਾ ਜ਼ਖਮੀ ਸੀ ਉਹਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਮਿੰਟੋ ਮਿੰਟੀ ਸਿਵਲ ਹਸਪਤਾਲ ਬੁਲਾਇਆ। ਦੂਸਰੇ ਬੰਦੇ ਨੂੰ ਦੇਖਿਆ ਤਾਂ ਉਹਦੀ ਮੌਕੇ 'ਤੇ ਡੈਥ ਹੋ ਗਈ ਸੀ। ਥੋੜ੍ਹੀ ਉੱਥੋਂ ਪਤਾ ਇਹ ਲੱਗਿਆ ਹੈ ਕਿ ਕੋਈ ਕਾਰ ਵਾਲਾ ਬੰਦਾ ਉਹਨਾਂ ਨੂੰ ਐਕਸੀਡੈਂਟ ਕਰ ਗਿਆ, ਔਰ ਐਕਸੀਡੈਂਟ ਕਾਰ ਵਾਲੇ ਦੇ ਕਰਨ ਤੋਂ ਬਾਅਦ ਜਿਹੜਾ ਮੋਟਰਸਾਈਕਲ ਸੀ ਉਹ ਸੜਕ ਦੇ ਵਿਚਾਲੇ ਡਿੱਗ ਪਿਆ। ਉੱਧਰੋਂ ਇੱਕ ਹਨੂੰਮਾਨਗੜ੍ਹ ਦਾ ਕੈਂਟਰ ਆ ਰਿਹਾ ਲੱਕੜਾਂ ਦਾ ਲੱਦਿਆ, ਲੱਕੜ ਦੇ ਜਿਹੜੇ ਗੁਟਕੇ ਹੈ ਉਹ ਕੈਂਟਰ ਮੋਟਰਸਾਈਕਲ ਨੂੰ ਕੜੀਚ ਕੇ ਕਰੀਬ 1 ਕਿਲੋਮੀਟਰ ਲੈ ਗਿਆ। ਡਰਾਈਵਰ ਨੂੰ ਜਦੋਂ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਿਆ, ਜਦੋਂ ਮੋਟਰਸਾਈਕਲ ਥੱਲੇ ਆ ਗਿਆ ਮੈਂ ਘਬਰਾ ਗਿਆ ਅਤੇ ਅੱਗੇ ਜਾ ਕੇ ਉਹਨੂੰ ਰੋਕ ਲਿਆ ਸੀ। ਜਿਹੜਾ ਦੋ ਬੰਦੇ ਜ਼ਖਮੀ ਹੋਏ ਹੈ ਉਹ ਸਕੇ ਭਰਾ ਹੈ, ਪਿੰਡ ਸਰਾਵਾਂ ਬੋਦਰਾਂ ਦੇ ਰਹਿਣ ਵਾਲੇ ਹੈ। ਜਿਹੜਾ ਵੱਡਾ ਭਰਾ ਹੈ ਉਹਦਾ ਨਾਂ ਹੈ ਸੁਖਵਿੰਦਰ ਸਿੰਘ ਮਨੀ, ਇਹ ਜ਼ਖਮੀ ਹੈ। ਜਿਹੜਾ ਬੰਦਾ ਦੂਸਰਾ ਉਹਦਾ ਭਰਾ ਹੈ ਛੋਟਾ, ਉਹਦਾ ਨਾਂ ਹੈ ਕੁਲਬੀਰ ਸਿੰਘ ਦੀਪਾ, ਇਹਨਾਂ ਦਾ ਪਿਓ ਦਾ ਨਾਂ ਬਿੰਦਰ ਸਿੰਘ, ਪਿੰਡ ਸਰਾਵਾਂ ਬੋਦਰਾਂ, ਪੱਲੇਦਾਰੀ ਦਾ ਕੰਮ ਕਰਦੇ ਹੈ। ਅੱਜ ਹਬੋਰ ਰੇਲਵੇ ਸਪੈਸ਼ਲ ਲੱਗੀ ਸੀ, ਉਹਨੂੰ ਲੋਡ ਕਰਕੇ ਆ ਰਹੇ ਆ ਉਹ, ਅਤੇ ਆਪਣੇ ਘਰ ਜਾ ਰਹੇ ਸੀ ਅਤੇ ਨਾ ਕੋਈ ਅਣਪਛਾਤੀ ਕਾਰ ਨਾਲ ਐਕਸੀਡੈਂਟ ਹੋਇਆ, ਉਹਨਾਂ ਦੀ ਡੈਥ ਹੋ ਗਈ। ਅਸੀਂ ਹਸਪਤਾਲ ਆਏ ਹਾਂ, ਜਿਹੜਾ ਮੁੰਡਾ ਮਨੀ ਹੈ ਉਹ ਜ਼ਖਮੀ ਹੈ, ਉਹਨੂੰ ਏਮਜ ਹਸਪਤਾਲ ਬਠਿੰਡਾ ਦਾ ਰੈਫਰ ਕਰਤਾ। ਕੁਲਬੀਰ ਸਿੰਘ ਦੀਪੇ ਦੀ ਮੌਕੇ 'ਤੇ ਜਿਹਦੀ ਡੈਥ ਹੋਈ ਸੀ ਉਹਨੂੰ ਹੁਣ ਮੋਰਚਰੀ 'ਚ ਰਖਾਇਆ ਹੈ। ਸਦਰ ਹਬੋਰ ਦਾ ਵਕੂ ਹੈ, ਸਦਰ ਹਬੋਰ ਆਈਓ ਨੂੰ ਸੂਚਿਤ ਕਰਤਾ ਹੈ ਜੋ ਮੌਕੇ 'ਤੇ ਆ ਕੇ ਹੈ, ਅਤੇ ਉਹ ਅਗਲੀ ਜੋ ਕਾਰਵਾਈ ਬਣਦੀ ਹੈ ਉਹਨੇ ਕਰਨੀ ਹੈ।